ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਆਪਣੇ ਆਪ ਨੂੰ ਪੰਜਾਬ ਦੀ ਸਿਧਾਂਤਕ ਪਾਰਟੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਸੁਖਬੀਰ ਬਾਦਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤਕ ਪਾਰਟੀ ਹੈ ਅਤੇ ਇਸ ਪਾਰਟੀ ਦਾ ਇੱਕ ਹੀ ਸਿਧਾਂਤ ਹੈ ਕਿ ਉਹ ਸਰਬੱਤ ਦਾ ਭਲਾ ਮੰਗਦੀ ਹੈ। CAA ਦੇ ਸਟੈਂਡ ਨੂੰ ਲੈ ਕੇ ਪਿੱਛੇ ਹਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਰੋਸ ਜ਼ਾਹਰ ਕੀਤਾ ਸੀ ਅਤੇ ਇਸ ਪਾਰਟੀ ਦਾ ਕਹਿਣਾ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਭਾਈਚਾਰਾ ਚਾਹੁੰਦੇ, ਇਸ ਲਈ CAA ਦੇ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣਾ ਯੂ ਟਰਨ ਲੈਂਦੀ ਹੋਈ ਨਜ਼ਰ ਆ ਰਹੀ ਹੈ। CAA ਦੇ ਵਿੱਚ ਸੁੱਧ ਨਾ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਦੀ ਝੋਲੀ ਆਣ ਡਿੱਗਿਆ ਹੈ। ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਵੇਗੀ। ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਕਰਦੇ ਨਜ਼ਰ ਆਏ। ਮਾਰਾ ਇਹ ਗਠਬੰਧਨ ਮਜ਼ਬੂਤ ਹੈ, ਸਭ ਤੋਂ ਪੁਰਾਣਾ ਹੈ। ਇਸਕੀ ਆਵਸ਼ਕਤਾ ਦੇਸ਼ ਕੀ ਮਜ਼ਬੂਤੀ ਕੇ ਲੀਏ ਔਰ ਰਾਸ਼ਟਰ ਕੋ ਮਜ਼ਬੂਤੀ ਕੀ ਓਰ ਲੈ ਜਾਣੇ ਕੇ ਲੀਏ, ਮੋਦੀ ਜੀ ਕੇ ਹੱਥ ਮਜ਼ਬੂਤ ਕਰਨੇ ਕੇ ਲੀਏ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਆਗੇ ਆਇਆ ਹੈ। ਜਹਾਂ ਮੈਂ ਉਨਕਾ ਧੰਨਵਾਦ ਕਰਤਾ ਹੂੰ, ਵਹੀਂ ਇਹ ਵੀ ਵਿਸ਼ਵਾਸ ਦੇਤਾ ਹੂੰ ਕਿ ਹਮ ਸਾਰਾ ਗਠਬੰਧਨ ਮਜ਼ਬੂਤੀ ਸੇ ਚਲੇਗਾ ਔਰ ਇਹ ਗਠਬੰਧਨ ਮਜ਼ਬੂਤੀ ਸੇ ਆਗੇ ਵੀ ਕਾਮ ਕਰੇਗਾ। ਯਹਾਂ ਦਿੱਲੀ ਕੇ ਚੁਣਾਵ ਮੇਂ ਹਮਾਰੇ ਸਿੱਖ ਭਾਈਓਂ ਕਾ ਸਮਰਥਨ ਹਮ ਸਭਕੋ ਮਿਲੇ, ਯੇ ਹਮਨੇ ਆਸ਼ਾ ਰੱਖੀ ਹੈ ਔਰ ਸੁਖਬੀਰ ਜੀ ਨੇ ਕਿਹਾ ਹੈ ਕਿ ਸਾਰੇ ਸਿੱਖ ਭਾਈ ਹਮਾਰਾ ਸਮਰਥਨ ਕਰੇਂਗੇ। ਔਰ ਵੈਸੇ ਵੀ ਆਪਣੇ ਧਿਆਨ ਮੇਂ ਲਿਆ ਹੋਗਾ ਕਿ ਜਬ ਜਬ NDA ਕੀ ਸਰਕਾਰ ਆਤੀ ਹੈ ਔਰ ਮੋਦੀ ਜੀ ਜਬ ਪ੍ਰਧਾਨ ਮੰਤਰੀ ਬਣੇ ਹੈ ਤੋ ਜੋ ਸਿੱਖ ਇਸ਼ੂਜ਼ ਥੇ ਉਨ ਸਭ ਕਾ ਸੋਲਿਊਸ਼ਨ ਕਰਨੇ ਕਾ ਕਾਮ ਆਦਰਣੀ ਮੋਦੀ ਜੀ ਨੇ ਕੀਆ ਹੈ। ਫਿਰ ਵੋ ਚਾਹੇ 1984 ਕੇ ਰਾਇਟਸ ਕੋ ਮੈਂ ਜਿਨ ਦੋਸ਼ੀਓ ਕੋ ਸਜ਼ਾ ਮਿਲਨੀ ਥੀ ਵਹਾਂ ਸੇ ਲੇ ਕਰਕੇ ਔਰ ਵੀ ਜੋ ਇਸ਼ੂਜ਼ ਹੈ, ਕਰਤਾਰਪੁਰ ਬਾਰਡਰ ਵਾਲਾ ਇਸ਼ੂ ਰਹਾ, ਉਸਮੇ ਬਹੁਤ ਬੜਾ ਯੋਗਦਾਨ ਪ੍ਰਧਾਨ ਮੰਤਰੀ ਜੀ ਕਰ ਰਹਾ ਹੈ ਔਰ ਅਕਾਲੀ ਦਲ ਕਾ ਸਮਰਥਨ ਰਹਾ ਹੈ। ਮੈਂ ਇਸੀ ਵਿਸ਼ਵਾਸ ਕੇ ਸਾਥ ਕਿ ਹਮ ਸਭ ਆਗੇ ਇਸ ਗਠਬੰਧਨ ਕੋ ਮਜ਼ਬੂਤੀ ਪ੍ਰਦਾਨ ਕਰੇਂਗੇ ਔਰ ਆਗੇ ਸਾਥ ਚਲੇਂਗੇ, ਯਹੀ ਮੈਂ ਕਹਿਣਾ ਚਾਹਤਾ ਹੂੰ। ਔਰ ਸੁਖਬੀਰ ਜੀ ਕਾ ਫਿਰ ਸੇ ਮੈਂ ਧੰਨਵਾਦ ਦੇਣਾ ਚਾਹਤਾ ਹੂੰ ਕਿ ਆਪਕਾ ਸਮਰਥਨ on national issues, on all issues has been there and the relationship between Shiromani Akali Dal and Bharatiya Janata Party is always very strong. Aaj JP Nadda ji, President Bharatiya Janata Party, aaj kare aaye hai, main unhanu jiyan kehna. Shiromani Akali Dal te BJP da jivein unhanne zikr kita hai, ਆ ਕੋਈ ਪੋਲੀਟੀਕਲ ਗਠਬੰਧਨ ਨਹੀਂ ਹੈ, ਆ ਇੱਕ ਇਮੋਸ਼ਨਲ ਅਤੇ ਦੇਸ਼ ਅਤੇ ਪੰਜਾਬ ਦੇ ਹਿੱਤ ਵਾਸਤੇ, ਫਿਊਚਰ ਵਾਸਤੇ ਅਤੇ ਪੀਸ ਵਾਸਤੇ ਹੈ। ਕੋਈ ਸਾਡਾ ਕੋਈ ਲੈਣ ਦੇਣ ਦੀ ਕੋਈ ਇਸ਼ੂ ਨਹੀਂ ਹੈ। ਥੋੜ੍ਹੀ ਜਿਹੀ ਕਮਿਊਨੀਕੇਸ਼ਨ ਗੈਪ ਸੀ, ਉਹ ਅਸੀਂ ਬਹਿ ਕੇ ਸਾਰਾ ਸੋਰਟ ਆਊਟ ਕਰ ਲਿਆ। ਅੱਜ ਤੁਸੀਂ ਦੇਖੋ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਨਜਿੰਦਰ ਸਿੰਘ ਸਰਸਾ ਜੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਨੀਤ ਕਾਲਕਾ ਜੀ ਵੀ ਨਾਲ ਹੈ, 50 ਮੈਂਬਰ ਹੈ DGPC ਦੇ, ਉਹਨਾਂ ਤੋਂ ਸਾਰੇ ਮੈਂਬਰ ਹੀ ਅੱਜ ਇੱਥੇ ਤੁਹਾਡੇ ਕੋਲ ਹਾਜ਼ਰ ਹੈ। ਆ ਇਲੈਕਟਿਡ ਬਾਡੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਵੇਂ SGPC 100 ਸਾਲ ਪੁਰਾਣੀ ਪਾਰਟੀ ਆ। ਨੱਡਾ ਸਾਹਿਬ, ਆ ਇਸ ਸਾਲ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣਗੇ ਅਤੇ SGPC ਦੇ ਵੀ 100 ਸਾਲ ਪੂਰੇ ਹੋ ਜਾਣਗੇ। ਐਂਡ ਪੂਰੇ 100 ਸਾਲਾਂ 'ਚ ਹਰ 5 ਸਾਲ ਬਾਅਦ ਕੌਂਸਟੀਟਿਊਸ਼ਨ ਥੱਲੇ ਇਲੈਕਸ਼ਨ ਹੁੰਦੇ ਹੈ ਐਂਡ ਲਗਾਤਾਰ 100 ਸਾਲ ਲਗਾਤਾਰ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਾਥ ਦਿੱਤਾ, ਸਿਰ 'ਤੇ ਆਸ਼ੀਰਵਾਦ ਰੱਖਿਆ ਐਂਡ ਗੁਰੂ ਘਰਾਂ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਪਿਛਲੇ 100 ਸਾਲ ਦਾ ਕਰ ਰਿਹਾ। ਤੋ ਇਸ ਕਰਕੇ ਮੈਂ ਸਾਰੀ ਸਾਡੀ ਸ਼੍ਰੋਮਣੀ ਅਕਾਲੀ ਲੀਡਰਸ਼ਿਪ ਬੈਠੀ ਹੈ, ਤੁਹਾਨੂੰ ਪੂਰਾ ਵਿਸ਼ਵਾਸ ਦਿਉਂਦੇ ਕਿ ਪੂਰੇ ਅੱਜ ਤੋਂ ਸਾਰੇ ਹੀ ਸਾਡੇ ਵਰਕਰ ਲੱਗ ਜਾਣਗੇ, ਜਿੱਥੇ ਸਾਡਾ ਹੁਕਮ ਲਾਉਂਗੇ ਸਾਡੀ ਪੰਜਾਬ ਦੀ ਲੀਡਰਸ਼ਿਪ ਵੀ ਹਾਜ਼ਰ ਹੈ, ਦਿੱਲੀ ਸਾਡੀ ਸਾਰੇ ਯੂਨਿਟ ਹਾਜ਼ਰ ਹੈ, ਸਾਡੇ ਹਰ ਮੈਂਬਰ ਜਿੰਨੇ ਮੈਂਬਰ ਹੈ ਇਲੈਕਟਿਡ ਮੈਂਬਰ ਹੈ, ਪਬਲਿਕ ਤੋਂ ਇਲੈਕਟਿਡ ਮੈਂਬਰ ਹੈ, ਸੋ ਹਰ ਕੋਨੇ 'ਤੇ ਹੈ ਅਤੇ ਜਿੱਥੇ ਜਿੱਥੇ ਤੁਸੀਂ ਕਹੋਗੇ ਸਾਡੀ ਕੋਆਰਡੀਨੇਸ਼ਨ ਟੀਮ ਅਸੀਂ ਬਣਾ ਦਿੰਦੇ ਹਾਂ ਲੋਕਲ ਯੂਨਿਟ ਦੀ, ਤੁਹਾਡੇ BJP ਯੂਨਿਟ ਨਾਲ, ਅਤੇ ਜਿੱਥੇ ਮੇਰੀ ਲੋੜ ਪਏ, ਜਿੱਥੇ ਸਾਡੇ ਸੀਨੀਅਰ ਲੀਡਰਸ਼ਿਪ MPs ਦੀ ਲੋੜ ਪਏ, ਸਿੱਖ ਸੰਗਤ ਨੂੰ ਅਪੀਲ ਵੀ, ਅਤੇ ਮੈਂ ਸਾਰੀ ਸਿੱਖ ਸੰਗਤ ਨੂੰ
सारे पंजाबियों नूं मैं अपील करना चाहना कि प्रधानमंत्री मोदी जी का अपना हाथ मजबूत करिए, क्योंकि जे सही मायने ते कोई इंसाफ जिसने अपनी कौम नूं पंजाबी नूं दिता है ते मोदी साहब ने दिता है। करतारपुर कोरीडोर जिहड़ी अपनी हर सिख संगत दी रोज दी अरदास विच आपां अरदास परमात्मा दे कोले करदे सी ते परमात्मा ने मोदी जी दे सिर ते हाथ रख के उन्हां तों आ कम कराया। आपां कोई अपनी कौम दा बच्चा कोई या बजुर्ग कोई इहदे ते भुल नहीं सकदा। 84 दे कतलेआम च HKL भगत, देखो कांग्रेस ने लगातार उन्हां दी बचाउण दी कोशिश कीती, सज्जन कुमार नूं लगातार बचाउण दी कोशिश कीती, पर जदों प्रधानमंत्री जी बने उन्होंने स्पैशल SIT बना के कल्ले सज्जन कुमार नहीं 100 होर केस खोलते ते मैनूं लगदा सज्जन कुमार तंदर हो गए। देखो जिहड़ा इन्ने सालां तों इंसाफ नहीं मिला उन्होंने आके कराया, ते उहदे बाद बाकी केस भी बड़े फास्ट ट्रैक चल रहे हैं। मैनूं आस है कि अगले 6-7 महीनों के अंदर जिन्ने भी दोषी है वह सारे जेलां च होणगे। जिहड़ा आपां इन्ने साल की आपां आस रखी बैठे सी पूरी हो रही है। ब्लैकलिस्ट का मसला सी लगातार अपने भैन भरावां जिहड़े बाहर चले गए थे उन्होंने एक्सप्लॉयट किया जाता सी। असीं प्रधानमंत्री जी नूं मिले, उन्होंने इमीजिएटली उन्होंने हल किया, वह फैसला हल किया। असीं धन्नवादी हैं कि जिन्हें भी सानू जिन्हें भी साड़ी शताब्दियां आईयां गुरु घर दे साडे गुरु साहब दी शताब्दियां आईयां, हर शताब्दी विच गवर्नमेंट ऑफ इंडिया मोदी साहब ने उन्होंने पूरा सपोर्ट दित्ती, फाइनेंशियल सपोर्ट दित्ती, गवर्नमेंट सपोर्ट भी दित्ती। देखो हुण 550 साल गुरु नानक देव जी महाराज दा आपां हुणी मनाया शताब्दी मनाई है। पहली बार होया कि सेंटर सरकार ने दुनिया दी जिन्नियां भी एम्बेसीज़ है अपनियां सारयां नूं डायरेक्शन दित्ती, तुसीं अपने अपने मुल्क विच जिथे तुसीं हो उत्थे धूमधाम नाल मनाओ, ते देश दीआं सारीआं सरकारां नूं सारी गवर्नमेंट ऑफिसेज विच मैसेज दित्ता कि आपां सारयां ने इकट्ठे हो के मनाउणा। सो अज मैं धन्नवाद करना चाहुंदा नग्गर साहब जी दा जिहड़े इत्थे आए हैं, ते मैं पूरा शोर करदा श्रोमणी अकाली दल पार्टी तरफों कि असीं पूरा दिन रात मेहनत करके इन्हें कामयाब दवांगे। मैं आपको बताना चाहता हूं, हमने कभी गठबंधन नहीं तोड़ा, दिल्ली में एक कभी तोड़ा नहीं है। पहली गल, हमने इलेक्शन लड़ने का मन ड्रॉ किया था, हमने गठबंधन नहीं कभी तोड़ा। दूसरी बात, हम CA के हक में शुरू से हमने यही स्टैंड रहा है कि हम, मैं बताऊं क्या, ये CA के सबसे बड़े सपोर्टर हम है, क्योंकि हमारे सिख बहन भाई जो पाकिस्तान और अफगानिस्तान से पिछले कई सालों 15-20 साल से वहाँ तालिबान रूल में और पाकिस्तान में माइनॉरिटीज को एक्सप्लॉयट किया जाता था, वो उनको हर बात जब वो वापस यहाँ आए, हमने लगातार, मुझे याद है राजनाथ सिंह जी होम मिनिस्टर उनके पास भी गए, अमित भाई जो होम मिनिस्टर उनके पास भी हम डेलीगेशन लेके गए, हमने लगातार हमने ये कहा कि इनको सिटीजनशिप दी जाए, क्योंकि ये लोग जो हैं पिछले 20 साल से इंसाफ मांग रहे हैं। सो हमने वोट वहां भी डाली है। असी चक्कांगे तुहाडे हक दी आवाज़।